ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦੇ ਜੀ। ਹੋਪਫੁਲੀ ਸਾਰੇ ਵਧੀਆ ਹੋਵੋਗੇ। ਅਤੇ ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ ਜੀ। ਅਤੇ ਅੱਜ ਜਿਹੜੀ ਮੈਂ ਵੀਡੀਓ ਲੈ ਕੇ ਆ ਰਿਹਾ ਸਾਰਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ, ਕਿਉਂਕਿ ਅੱਜ ਇੱਕ ਹੋਰ ਇਮੀਗ੍ਰੇਸ਼ਨ ਦੇ ਮਿਨਿਸਟਰ ਵੱਲੋਂ ਕੁਛ ਹੋਰ ਅਪਡੇਟਸ ਕੀਤੀਆਂ ਗਈਆਂ ਨੇ। ਅਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ, ਜਿਹੜੇ ਵੀਰ ਭਰਾ ਜਿਵੇਂ ਕਿ ਇੰਡੀਆ, ਪਾਕਿਸਤਾਨ ਜਾਂ ਹੋਰ ਕੰਟਰੀਆਂ ਦੇ ਵਿੱਚ ਕੋਵਿਡ ਦੌਰਾਨ ਫਸ ਗਏ ਸੀਗੇ, ਜਿਨ੍ਹਾਂ ਕੋਲ ਵੀਜ਼ੇ ਪਏ ਸੀ ਪਰ ਉਹ ਆਪਦੇ ਇੰਡੀਆ 'ਚ ਜਾਂ ਪਾਕਿਸਤਾਨ 'ਚ ਜਾਂ ਹੋਰਨਾਂ ਕੰਟਰੀਆਂ ਦੇ ਵਿੱਚ ਫਸ ਗਏ ਸੀ ਅਤੇ ਉਹ ਨਿਊਜ਼ੀਲੈਂਡ ਵਾਪਸ ਨਹੀਂ ਆ ਸਕਦੇ ਸੀਗੇ, ਅਤੇ ਉਹਨਾਂ ਨੂੰ ਨਿਊਜ਼ੀਲੈਂਡ ਸਰਕਾਰ ਨੇ 12 ਮਹੀਨਿਆਂ ਦਾ ਵੀਜ਼ਾ ਦੇਣਾ ਹੈ, ਅਤੇ ਉਹ 12 ਮਹੀਨਿਆਂ ਦਾ ਵੀਜ਼ਾ ਅਪਲਾਈ ਕਰਕੇ ਆਪਦਾ ਵੀਜ਼ਾ ਲੈ ਸਕਦੇ। ਸੋ ਜਿਹੜੇ ਕੋਵਿਡ ਦੇ ਫਸੇ ਬੰਦੇ ਆ ਉਹਨਾਂ ਨੂੰ 12 ਮਹੀਨਿਆਂ ਦਾ ਵੀਜ਼ਾ ਮਿਲ ਰਿਹਾ, ਅਤੇ ਨਾਲ ਦੀ ਨਾਲ ਉਹਨਾਂ ਦੇ ਪਾਰਟਨਰ ਨੂੰ ਵੀ ਵੀਜ਼ਾ ਮਿਲੂ, ਉਹਨਾਂ ਦੀ ਵਾਈਫ ਨੂੰ ਜੋ ਕਹਿ ਲਓ ਅਤੇ ਜਾਂ ਉਹਨਾਂ ਦੇ ਬੱਚੇ ਨੂੰ ਕਹਿ ਲਓ, ਉਹਨਾਂ ਨੂੰ ਵੀ ਵਿਜ਼ਟਰ ਵੀਜ਼ਾ ਤੁਸੀਂ ਉਹਨਾਂ ਦਾ ਅਪਲਾਈ ਕਰ ਸਕਦੇ ਹੋ ਜਾਂ ਉਹਨਾਂ ਦਾ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ, ਪਰ ਬੇਸਿਕਲੀ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰੋਗੇ ਤਾਂ ਈਜ਼ੀਅਰ ਅਤੇ ਜਲਦੀ ਆ ਜੂਗਾ, ਅਤੇ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆ ਸਕਦੇ ਹੋ। ਸੋ ਇਹ ਵੀ ਬਹੁਤ ਵਧੀਆ ਗੱਲ ਆ। ਸੋ ਜਿਨ੍ਹਾਂ ਨੇ ਇੱਥੇ ਆਪਦੀ ਡਿਗਰੀ ਲੈਵਲ ਦੇ ਜਾਂ ਹੋਰ ਸਾਰੀਆਂ ਸਟੱਡੀਜ਼ ਇੱਥੋਂ ਕੰਪਲੀਟ ਕਰ ਲਈਆਂ ਸੀ ਅਤੇ ਉਹਨਾਂ ਕੋਲ ਪੋਸਟ ਸਟੱਡੀ ਵਰਕ ਵੀਜ਼ਾ ਸੀਗਾ ਅਤੇ ਉਹ ਇੰਡੀਆ ਚਲ ਗਏ ਜਾਂ ਪਾਕਿਸਤਾਨ ਚਲ ਗਏ ਜਾਂ ਆਪਦੇ ਘਰ ਗਏ ਸੀ ਅਤੇ ਉੱਥੇ ਜਾ ਕੇ ਕੋਵਿਡ ਕਰਕੇ ਫਸ ਗਏ ਅਤੇ ਵਾਪਸ ਨਹੀਂ ਆ ਸਕੇ ਸੀ, ਉਹਨਾਂ ਲਈ ਨਿਊਜ਼ੀਲੈਂਡ ਸਰਕਾਰ ਨੇ 12 ਮਹੀਨਿਆਂ ਦਾ ਵੀਜ਼ਾ ਅੱਜ ਅਨਾਊਂਸ ਕਰਤਾ ਹੈ ਕਿ ਉਹਨਾਂ ਨੂੰ 12 ਮਹੀਨਿਆਂ ਦਾ ਵੀਜ਼ਾ ਮਿਲੂਗਾ ਅਤੇ ਫਿਰ ਉਹ ਇੱਥੇ ਆ ਕੇ ਆਪਦੀ ਜੋਬ ਦਾ ਕਰ ਸਕਦੇ ਨੇ ਅਤੇ ਫਿਰ ਅੱਗੇ ਦੇ ਜਿਹੜੇ ਵੀਜ਼ੇ ਜਾਂ ਪੀਆਰ ਆ ਉਹ ਆਪਦਾ ਦੇਖ ਸਕਦੇ ਨੇ। ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਜਿਹੜੀ ਚੇਂਜ ਆ ਇਹ ਦੱਸ ਚੁੱਕਿਆ ਕਿ ਸਾਰਿਆਂ ਨੂੰ ਵੀਜ਼ਾ ਮਿਲਣ ਜਾ ਰਿਹਾ ਜੀ, ਅਤੇ ਸਾਰਿਆਂ ਲਈ ਬਹੁਤ ਖੁਸ਼ਖਬਰੀ ਦੀ ਗੱਲ ਆ, ਸਾਰਿਆਂ ਨੂੰ ਵਧਾਈਆਂ, ਅਤੇ ਵਾਪਸ ਨਿਊਜ਼ੀਲੈਂਡ ਆ ਸਕਦੇ ਹੋ ਤੁਸੀਂ ਹੁਣ। ਅਤੇ ਜਿਹੜੀ ਇੱਕ ਹੋਰ ਦੂਜੀ ਤਬਦੀਲੀ ਕੀਤੀ ਹੈ ਇਹਨਾਂ ਨੇ ਇਮੀਗ੍ਰੇਸ਼ਨ ਦੀ ਸੈਟਿੰਗ ਦੇ ਵਿੱਚ, ਉਹ ਇਹ ਹੈ ਕਿ ਜਿਹੜੇ ਨਰਸਿਸ ਅਤੇ ਮਿਡਵਾਈਫ ਸਨ ਕਿ ਉਹ ਪਹਿਲਾਂ ਰੈਜੀਡੈਂਸੀ ਟੂ ਵਰਕ ਟੂ ਰੈਜੀਡੈਂਸੀ ਪਾਸ ਦੇ ਵਿੱਚ ਸੀਗੇ ਅਤੇ ਉਹਨਾਂ ਨੂੰ ਹੁਣ ਸਟਰੇਟ ਰੈਜੀਡੈਂਸੀ ਮਿਲੂਗੀ, ਨਰਸਿਸ ਅਤੇ ਮਿਡਵਾਈਫ ਨੂੰ ਉਹ ਉਸ ਪਾਸ 'ਤੇ ਪਾਤੇ ਆ, ਅਤੇ ਬਾਕੀ 10 ਹੋਰ ਪ੍ਰੋਫੈਸ਼ਨਸ ਆ ਜਿਹੜੇ ਇਹਨਾਂ ਨੇ ਵਰਕ ਟੂ ਰੈਜੀਡੈਂਸੀ ਗ੍ਰੀਨ ਲਿਸਟ ਦੇ ਵਿੱਚ ਪਾਤੇ ਆ, ਜਿਹੜੇ ਕਿ ਜਿਵੇਂ ਕਿ ਟੀਚਰਸ ਹੋ ਗਏ, ਸੈਕੰਡਰੀ ਟੀਚਰਸ ਹੋ ਗਏ, ਪ੍ਰਾਇਮਰੀ ਟੀਚਰਸ ਹੋ ਗਏ, ਡਰੇਨ ਲੇਅਰਸ ਆ, ਫਿਟਰਸ ਆ, ਹੋਰ ਕਈ 8-10 ਦੱਸੇ ਹੋਏ ਆ, ਉਹ ਅਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਛੱਡ ਦੇਵਾਂਗੇ, ਤੁਸੀਂ ਆਪਦੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਆਪਦੀਆਂ ਜੋਬਸ ਚੈੱਕ ਕਰ ਸਕਦੇ ਹੋ। ਅਤੇ ਉਹਨਾਂ ਨੂੰ ਜਿਹੜੇ 10 ਨਵੇਂ ਹੋਰ ਗ੍ਰੀਨ ਲਿਸਟ ਦੇ ਵਿੱਚ ਐਡ ਕਰਨੇ ਆ ਉਹ ਮਾਰਚ ਤੋਂ ਹੋਣੇ ਆ, ਮਾਰਚ 2023, ਅਤੇ ਉਦੋਂ ਬਾਅਦ ਤੁਸੀਂ ਆਪਦੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਜੋਬਸ ਲੱਭ ਕੇ ਤਾਂ ਤੁਸੀਂ ਵੀਜ਼ੇ ਅਪਲਾਈ ਕਰ ਸਕਦੇ ਹੋ। ਉਹ ਸਟਰੇਟ ਵਰਕ ਟੂ ਰੈਜੀਡੈਂਸੀ ਪਾਸ 'ਤੇ ਜਾਣਗੇ, ਜਿਵੇਂ ਕਿ ਮੈਂ ਪਹਿਲਾਂ ਵੀ ਵੀਡੀਓ ਬਣਾਈਆਂ ਕਿ ਵਰਕ ਟੂ ਰੈਜੀਡੈਂਸੀ ਹੈ ਕੀ ਅਤੇ ਸਟਰੇਟ ਰੈਜੀਡੈਂਸੀ ਪਾਸ ਕੀ ਹੈ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਕਿ ਜਿਹੜੇ ਵਰਕ ਟੂ ਰੈਜੀਡੈਂਸੀ ਆ ਉਹਨਾਂ ਨੂੰ ਸਿੱਧਾ ਵਰਕ ਟੂ ਰੈਜੀਡੈਂਸੀ ਵੀਜ਼ਾ ਮਿਲਦਾ, ਜਿਹਦੇ ਵਿੱਚ ਤੁਹਾਨੂੰ 2 ਸਾਲ ਕੰਮ ਕਰਨਾ ਪੈਂਦਾ ਉਸੇ ਇੰਪਲੋਇਰ ਥੱਲੇ, ਅਤੇ ਫਿਰ ਤੁਸੀਂ ਪੀ ਆਰ ਪਾਉਣ ਲਈ ਜਦੋਂ ਤੁਸੀਂ 2 ਸਾਲ ਕੰਮ ਕਰ ਲੈਂਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਪੀ ਆਰ ਪਾਉਣ ਲਈ ਐਲੀਜੀਬਲ ਹੋ ਜਾਂਦੇ ਹੋ। ਅਤੇ ਜਿਹੜਾ ਸਟਰੇਟ ਰੈਜੀਡੈਂਸੀ ਪਾਸ ਹੈ ਉਹ ਸਿੱਧੀ ਤੌਰ 'ਤੇ ਤੁਸੀਂ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਆ ਕੇ ਤੁਸੀਂ ਪੀ ਆਰ ਪਾ ਸਕਦੇ ਹੋ, ਉਹ ਤੁਸੀਂ ਸਿੱਧੇ ਐਲੀਜੀਬਲ ਹੁੰਦੇ ਹੋ ਪੀ ਆਰ ਲਈ, ਜਿਹਦੇ ਵਿੱਚ ਨਰਸਿਸ ਅਤੇ ਮਿਡਵਾਈਫਸ ਗ੍ਰੀਨ ਲਿਸਟ 'ਚੋਂ ਵਰਕ ਟੂ ਰੈਜੀਡੈਂਸੀ ਤੋਂ ਉਹਨਾਂ ਨੇ ਸਟਰੇਟ ਰੈਜੀਡੈਂਸੀ ਵਾਲੇ ਪਾਸ 'ਚ ਮੂਵ ਕਰ ਦਿੱਤੇ ਆ। ਸੋ ਜੀ ਇਹ 2 ਮੇਨ ਜਿਹੜੇ ਚੇਂਜਸ ਆਏ ਨੇ ਇਮੀਗ੍ਰੇਸ਼ਨ ਦੇ ਸੈਟਿੰਗ ਦੇ ਵਿੱਚ, ਇਹਨਾਂ ਨੇ 2 ਚੇਂਜਸ ਕੀਤੇ ਨੇ, ਅਤੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਛੱਡਣ ਲੱਗੇ ਹਾਂ ਜੀ, ਅਤੇ ਤੁਸੀਂ ਇਹ ਲਿੰਕ 'ਤੇ ਜਾ ਕੇ ਸਾਰੀ ਸੈਟਿੰਗਸ ਦੇਖ ਸਕਦੇ ਹੋ ਵੀ ਕੀ ਕਿਵੇਂ ਕਿਵੇਂ ਹੋਇਆ। ਜੇ ਤੁਹਾਨੂੰ ਕਿਸੇ ਵੀ ਗੱਲ ਦੀ ਕਨਫਿਊਜ਼ਨ ਆ ਸਾਨੂੰ ਮੈਸੇਜ ਕਰ ਸਕਦੇ ਹੋ, ਅਸੀਂ ਮੈਸੇਜ ਦਾ ਟਰਾਈ ਕਰਾਂਗੇ ਰਿਪਲਾਈ ਕਰਨ ਦਾ ਜੀ। ਅਤੇ ਬਾਕੀ ਇਹ 15 ਦਸੰਬਰ 2022 ਤੋਂ ਲਾਗੂ ਹੋ ਜਾਣਗੀਆਂ ਜੀ। ਅਤੇ ਸੋ ਜੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਸਾਡੇ ਨਾਲ ਮੈਸੇਜ 'ਤੇ ਗੱਲ ਕਰ ਸਕਦੇ ਹੋ ਤੁਸੀਂ ਜੀ।
ਤੇ ਅਸੀਂ ਕੋਈ ਇਮੀਗ੍ਰੇਸ਼ਨ ਐਡਵਾਈਜ਼ਰ ਨਹੀਂ ਜਾਂ ਇਮੀਗ੍ਰੇਸ਼ਨ ਲਾਇਰ ਨਹੀਂ, ਅਸੀਂ ਸਿਰਫ ਜਿੰਨੀ ਕੁ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਅਸੀਂ ਵੈਬਸਾਈਟ ਤੋਂ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਵੱਧ ਤੋਂ ਵੱਧ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਜਿਹੜੇ ਲੋਕ ਨਿਊਜ਼ੀਲੈਂਡ ਆਉਣਾ ਚਾਹੁੰਦੇ ਆ ਜਾਂ ਵੇਟ ਕਰ ਰਹੇ ਸੀਗੇ ਇਸ ਟਾਈਮ ਦੀ, ਤਾਂ ਉਹਨਾਂ ਦੀ ਹੈਲਪ ਹੋ ਸਕੇ। ਅਤੇ ਬਾਕੀ ਜਿਨ੍ਹਾਂ ਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ, ਲਾਈਕ ਸ਼ੇਅਰ ਅਤੇ ਕਮੈਂਟ ਕਰ ਦੇਣਾ ਜੀ। ਅਤੇ ਸਾਡਾ ਚੈਨਲ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਾਡਾ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ। ਐਂਡ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਅਵਰ ਵੀਡੀਓ ਜੀ, ਮਿਲਦੇ ਹਾਂ ਅਗਲੀ ਵੀਡੀਓ ਨਾਲ, ਬਾਏ ਬਾਏ ਫੋਰ ਨਾਓ।